ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਮਟਰ ਮਸ਼ਰੂਮ ਦੀ ਸਬਜੀ ਉਹਦੇ ਵਾਸਤੇ ਆਪਾਂ ਨੇ ਇੱਕ ਪੈਕਿੰਗ ਮਸ਼ਰੂਮ ਦੀ ਲੈਣ ਦੀ ਹੈ ਤਾਂ ਫਰੈਸ਼ ਮਟਰ ਲੈਣ ਤੇ ਛੋ ਕੱਢ ਲਿਆ ਮੈਂ ਤੱਕ ਕਿਲੋ ਤਾਂ ਨਾਲ ਚਾਰ ਮੀਡੀਅਮ ਕਰਦੇ ਪਿਆਜ਼ ਤਿੰਨ ਟਮਾਟਰ ਤੇ ਥੋੜਾ ਜਿਹਾ ਅਦਰਕ ਚੌਪ ਕਰ ਲਿਆ ਤੇ ਥੋੜਾ ਜਿਹਾ ਲਸਣ ਲੈ ਕੇ ਉਹ ਆਪਾਂ ਕੁੱਟ ਕੇ ਪਾਵਾਂਗੇ ਤਾਂ ਨਮਕ ਮਿਰਚ ਮਸਾਲੇ ਆਪਣੇ ਉਹੀ ਸਾਦੇ ਜਾਣਗੇ ਤੇ ਨਾਲ ਲਵਾਂਗੇ ਆਪਾਂ 3 ਚਮਚ ਕਣਕ ਦਾ ਆਟਾ ਭਾਵੇਂ ਆਪਾਂ ਕਣਕ ਦਾ ਆਟਾ ਲੈ ਲਈਏ ਤੇ ਭਾਵੇਂ ਇੱਥੇ ਆਪਾਂ ਮੈਦਾ ਲੈ ਲਈਏ ਤਾਂ ਇਹ ਲੈ ਕੇ ਤੇ ਮਸ਼ਰੂਮ ਨੂੰ ਸਾਫ਼ ਕਰਨ ਲਈ ਕਿਉਂਕਿ ਇਹਦੇ ਤੇ ਪੈਸਟੀਸਾਈਡ ਕਾਫੀ ਲੱਗੀ ਹੁੰਦੀ ਹੈ ਇਹ ਮਸ਼ਰੂਮ ਦੇ ਉੱਪਰ ਤੇ ਇਸ ਤਰ੍ਹਾਂ ਜਦੋਂ ਆਪਾਂ ਆਟਾ ਪਾ ਕੇ ਜਾਂ ਮੈਦਾ ਪਾ ਕੇ ਇਸ ਤਰ੍ਹਾਂ ਰਗੜ ਕੇ ਉੱਪਰੋਂ ਸਾਫ਼ ਕਰਦੇ ਆ ਨਾ ਤਾਂ ਬਿਲਕੁਲ ਸਾਫ਼ ਹੋ ਜਾਂਦੀਆਂ ਇਹ ਇੱਕ ਵਾਰੀ ਸਾਰਿਆਂ ਦੇ ਉੱਪਰ ਇਸ ਤਰ੍ਹਾਂ ਲਾ ਲਓ ਤੇ ਫਿਰ ਇਸ ਤਰ੍ਹਾਂ ਫੜ ਕੇ ਤੇ ਸਾਫ਼ ਕਰਦੇ ਜਾਓ ਤਾਂ ਬਹੁਤ ਵਧੀਆ ਸਾਫ਼ ਵੀ ਹੋ ਜਾਂਦੀਆਂ ਹੁਣ ਵੇਖਿਓ ਪਹਿਲਾਂ ਵਾਲਾ ਰੰਗ ਵੇਖਿਓ ਤੇ ਹੁਣ ਅੱਗੋਂ ਜਦੋਂ ਆਪਾਂ ਇਹਨੂੰ ਵਾਸ਼ ਕਰਾਂਗੇ ਤੇ ਉਸ ਤੋਂ ਬਾਅਦ ਦਾ ਰੰਗ ਵੇਖਿਓ ਜੀ ਵੀਵਰਸ ਵੀਡੀਓ ਦੇ ਚੱਲਦੇ-ਚੱਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਜੇ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਘੰਟੀ ਵਾਲਾ ਬਟਨ ਆਲ ਤੇ ਪ੍ਰੈਸ ਕਰਨਾ ਲਓ ਜੀ ਵੇਖੋ ਹੁਣ ਕਿੰਨੀਆਂ ਸਾਫ ਹੋ ਗਈਆਂ ਆਟੇ ਨਾਲ ਉਪਰੋਂ ਰਗੜ ਕੇ ਸਾਫ ਕਰਨ ਨਾਲ ਖੰਬਾ ਬਿਲਕੁਲ ਚਿੱਟੀਆਂ ਚਿੱਟੀਆਂ ਨਿਕਲ ਆਈਆਂ ਆਪਣੇ ਮਸ਼ਰੂਮ ਤੇ ਆਟੇ ਦੇ ਵਿੱਚ ਵੀ ਵੇਖੋ ਕਿੰਨੀ ਗੰਦਗੀ ਆਈ ਹੈ ਆਪਣੇ ਤਾਂ ਇਹਨਾਂ ਨੂੰ ਇੱਕ ਵਾਰੀ ਡੋਲ ਕੇ ਫਿਰ ਦੁਬਾਰਾ ਸਾਫ ਥੋੜੇ ਗੁੰਗਨੇ ਪਾਣੀ ਨਾਲ ਸਾਫ ਕਰ ਲਾਂਗੇ ਗਰਮ ਨਾਲ ਤੇ ਅੱਗੋਂ ਨਾ ਡੰਡੀ ਵਾਲੇ ਹਿੱਸੇ ਤੋਂ ਅੱਗੋਂ ਅੱਗੋਂ ਥੋੜਾ ਥੋੜਾ ਕਟਿੰਗ ਕਰ ਦਾਂਗੇ ਮੈਂ ਪੈਕੇਟ ਲੈਣ ਵੇਲੇ ਇੱਕੋ ਜਿਹੇ ਜੀਆਂ ਨੂੰ ਵੇਖ ਕੇ ਲੈਂਦਾ ਸੀਗਾ ਵੀ ਜਿਹੜੀਆਂ ਕੀ ਬਿਲਕੁਲ ਦੋ ਦੋ ਹਿੱਸੇ ਕਰਾਂਗੇ ਜੇ ਵੱਡੀਆਂ ਤਾਂ ਆਪਾਂ ਚਾਰ ਵੀ ਕਰ ਸਕਦੇ ਵੈਸੇ ਮੈਂ ਹੀ ਦੋ ਮੈਂ ਤਾਂ ਉਦੋ ਹੀ ਕਰੂੰਗੀ ਕੜਚੀ ਕਾ ਆਪਾਂ ਸਰੋਂ ਦਾ ਤੇਲ ਪਾਤਾ ਉਹਨੂੰ ਚੰਗੀ ਤਰ੍ਹਾਂ ਕਲਕਾ ਲਾਂਗੇ ਕਿਉਂਕਿ ਸਰੋਂ ਦੇ ਤੇਲ ਦਾ ਆਪਦਾ ਇੱਕ ਬਹੁਤ ਤੇਜ਼ 스ਮੈਲ ਹੁੰਦੀ ਹੈ ਜਦੋਂ ਕਲਕਾ ਲਿਆ ਇਸ ਤਰ੍ਹਾਂ ਤੇਲ ਹਲਕਾ ਵੀ ਹੋ ਜਾਂਦੇ ਤੇ ਉਹ 스ਮੈਲ ਹੈ ਜਿਹੜੀ ਉਹ ਵੀ ਗਾਇਬ ਹੋ ਜਾਂਦੀ ਹੈ ਤਿੰਨ ਆਪਾਂ ਲੌਂਗ ਲੈ ਲਏ ਐ ਇੱਕ ਵੱਡੀ ਇਲਾਇਚੀ ਲੈ ਲਈਏ ਥੋੜੀ ਦਾਲਚੀਨੀ ਲੈ ਲਈ ਤੇ ਇੱਕ ਤੇਜਪਤਾ ਕਿਉਂਕਿ ਜੇ ਰੈਸਟੋਰੈਂਟ ਸਟਾਈਲ ਬਣਾਉਣਾ ਤਾਂ ਆਪਾਂ ਬਿਲਕੁਲ ਖੜੇ ਮਸਾਲੇ ਵੀ ਆਪਾਂ ਪਹਿਲਾਂ ਭੁੰਨਾਂਗੇ ਤੇਲ ਦੇ ਵਿੱਚ ਜਿਹੜਾ ਕਿ ਫਲੇਵਰ ਵੀ ਆਵੇ ਵਧੀਆ ਟੇਸਟ ਵੀ ਆਵੇ ਤੇ ਲਓ ਜੀ ਫਾਈਨ ਚੌਪ ਕੀਤਾ ਹੋਇਆ ਅਦਰਕ ਆਪਾਂ ਪਾ ਦਾਂਗੇ ਹੁਣ ਇੱਥੇ ਮੈਂ ਹਜੇ ਗੈਸ ਨਹੀਂ ਚਾਲੂ ਕੀਤਾ ਕਿਉਂਕਿ ਗੈਸ ਤੇਲ ਜ਼ਿਆਦਾ ਹੀਟ ਹੋਣ ਕਰਕੇ ਨਾ ਤੇ ਹੁਣ ਆਪਾਂ ਗੈਸ ਚਲਾ ਲਿਆ ਥੱਲੇ ਤੋਂ ਤੇ ਹੁਣ ਇਹਦੇ ਵਿੱਚ ਆਪਣੇ 1.5 ਮਿੰਟ ਹੋ ਗਿਆ ਅਦਰਕ ਪਾਇਆ ਨਵੇਂ ਮਿੰਟ 1.5 ਮਿੰਟ ਤੇ ਹੁਣ ਆਪਾਂ ਜਿਹੜੇ ਆਪਣੇ ਕੋਲੇ ਕਟਿੰਗ ਕੀਤੇ ਹੋਏ ਪਿਆਜ਼ ਆ ਆਪਾਂ ਉਹ ਪਾ ਦੇਵਾਂਗੇ ਇਹਦੇ ਵਿੱਚ ਆਪਾਂ ਮਸਾਲਾ ਵੈਸੇ ਤੇ ਗਰੇਵੀ ਵਾਲੀ ਸਬਜੀ ਦੇ ਵਿੱਚ ਆਪਾਂ ਕੁੱਟ ਕੇ ਹੀ ਪਾਉਨੇ ਆ ਬਟ ਇਹਦੇ ਵਿੱਚ ਕੁੱਟ ਕੇ ਨਹੀਂ ਪਾਵਾਂਗੇ ਇਹਦੇ ਵਿੱਚ ਆਪਾਂ ਕੱਟ ਕੇ ਹੀ ਪਾਵਾਂਗੇ ਬੜੀ ਟੇਸਟੀ ਬਣਦੀ ਆ ਸਬਜੀ ਪਰ ਇਹਦੇ ਵਿੱਚ ਇਹਨਾਂ ਹੈ ਵੀ ਇਹਦੇ ਵਿੱਚ ਪਿਆਜ਼ਾਂ ਦੀ ਭੁਨਾਈ ਬਹੁਤ ਜ਼ਿਆਦਾ ਹੁੰਦੀ ਹੈ ਜੇ ਆਪਾਂ ਬਿਲਕੁਲ ਰੈਸਟੋਰੈਂਟ ਵਾਲੀ ਗਰੇਵੀ ਵਾਲੀ ਉਸ ਤਰ੍ਹਾਂ ਦੀ ਸਬਜੀ ਖਾਣੀ ਆ ਤਾਂ ਲੋ ਜੀ ਪਿੰਕਿਸ਼ ਜੇ ਤਾਂ ਹੋ ਗਿਆ ਹਜੇ ਆਪਾਂ ਥੋੜਾ ਹੋਰ ਪੁੰਨ ਲਵਾਂਗੇ ਹੋਰ ਪੁੰਨੰ ਤੋਂ ਬਾਅਦ ਫਿਰ ਆਪਾਂ ਜਿਹੜਾ ਆਪਣੇ ਕੋਲੇ ਲਸਣ ਸੀ ਗਿਆ ਲਸਣ ਸੀਗਾ ਕੁੱਟਿਆ ਹੋਇਆ ਉਹ ਪਾ ਦਵਾਂਗੇ ਲਸਣ ਆਪਾਂ ਕੁੱਟ ਕੇ ਹੀ ਪਾਵਾਂਗੇ ਕਿਉਂਕਿ ਕੋਈ ਵੀ ਨਾ ਗਰੇਵੀ ਵਾਲੀ ਸਬਜੀ ਹੋਵੇ ਰਸੇਦੇ ਵਾਲੀ ਹੋਵੇ ਤਾਂ ਉਹਦੇ ਵਿੱਚ ਕੁੱਟ ਕੇ ਪਾਇਆ ਹੋਇਆ ਲਸਣ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਤਾਂ ਹੁਣ ਕਸ਼ਮੀਰੀ ਲਾਲ ਮਿਰਚ ਲੈ ਲਈ ਐ ਆਪਾਂ ਕਾਲੀ ਮਿਰਚ ਲੈ ਲਈ ਤੇ ਹਲਦੀ ਲੈ ਲਈ ਐ ਤਾਂ ਇਹਨੂੰ ਆਪਾਂ ਨਮਕ ਮਿਰਚ ਮਸਾਲੇ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਹੀ ਪਾਓ ਜਿਸ ਤਰ੍ਹਾਂ ਦਾ ਤੁਹਾਡੀ ਫੈਮਿਲੀ ਖਾਂਦੀ ਹੈ ਤਾਂ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਥੋੜਾ ਜਿਹਾ ਮਿੰਟਕ ਵਾਸਤੇ ਤਾਂ ਭੁੰਨਣ ਤੋਂ ਬਾਅਦ ਹੁਣ ਆਪਾਂ ਪਾ ਦੇਵਾਂਗੇ ਕਟਿੰਗ ਕੀਤੇ ਹੋਏ ਟਮਾਟਰ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਵਿੱਚ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਤੇ ਟਮਾਟਰਾਂ ਦੇ ਪਾ ਜਿਵੇਂ ਆ ਪਟਾਟਾ ਪਾਵਾਂਗੇ ਉਸ ਤੋਂ ਬਾਅਦ ਪਾਵਾਂਗੇ ਨਮਕ ਕਿਉਂਕਿ ਨਮਕ ਪਾਉਣ ਨਾਲ ਟਮਾਟਰ ਬਹੁਤ ਜਲਦੀ ਪੱਕਦਾ ਹੈ ਬਹੁਤ ਜਲਦੀ ਮੈਸੀ ਹੋ ਜਾਂਦਾ ਹੈ ਤਾਂ ਇੱਕ ਚਮਚ ਆਪਾਂ ਨਮਕ ਦਾ ਵੀ ਪਾ ਲਿਆ। ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਤੋਂ ਆਪਾਂ ਹਿਲਾਉਂਦੇ ਹੋਏ ਹੀ ਪਕਾਵਾਂਗੇ। ਕਿਉਂਕਿ ਇਹਦੀ ਪੁਨਾਈ ਜ਼ਿਆਦਾ ਹੁੰਦੀ ਹੈ ਤਾਂ ਲਗਾਤਾਰ ਆਪਾਂ ਕੜਛੀ ਚਲਾਉਂਦੇ ਹੀ ਰਵਾਂਗੇ ਵੀ ਕਿਸੇ ਸਾਈਡ ਤੋਂ ਹਜੇ ਤੱਕ ਆਪਾਂ ਪਾਣੀ ਨਹੀਂ ਲਾਇਆ ਤਾਂ ਵੀ ਕਿਸੇ ਸਾਈਡ ਤੋਂ ਆਪਣਾ ਮਸਾਲਾ ਲੱਗੇ ਨਾ। ਬੜੀ ਵਧੀਆ ਟੇਸਟੀ ਰੈਸਟੋਰੈਂਟ ਸਟਾਈਲ ਬਣਦੀ ਹੈ ਸਬਜ਼ੀ ਬੜੀ ਵਧੀਆ। ਤੇ ਲਓ ਜੀ ਹੁਣ ਆਪਣੇ ਟਮਾਟਰ ਟਮਾਟਰ ਵੀ ਥੋੜੇ ਮੈਸੀਜੇ ਹੋ ਗਏ ਆ ਥੋੜਾ ਜਿਹਾ ਇਹਨਾਂ ਨੂੰ ਆਪਾਂ ਹੋਰ ਹਜੇ ਨਾ ਵੈਸੇ ਹੀ ਉਪਰੋਂ ਕਵਰ ਕਰ ਦਾਂਗੇ ਥੋੜਾ ਜਿਹਾ ਤਾਂ ਸਟੀਮ ਨਾਲ ਹੋਰ ਵੀ ਜ਼ਿਆਦਾ ਬਿਲਕੁਲ ਐਂ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਹੈਗਾ ਫਲੇਵਰ ਆ ਉਹ ਮਸਾਲੇ 'ਚ ਆ ਜਾਊਗਾ ਤਾਂ ਹੁਣ ਇੱਥੇ ਆਪਾਂ ਘੁੱਟਕ ਪਾਣੀ ਪਾ ਦਵਾਂਗੇ 2-4 ਚਮਚ 2-4 ਚਮਚ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਜਦੋਂ ਆਪਣਾ ਮਸਾਲੇ ਦੇ ਵਿੱਚ ਪਾਣੀ ਵੀ ਪਾਇਆ ਤਾਂ ਬਾਅਦ ਦੇ ਵਿੱਚ ਵੀ ਮਸਾਲਾ ਪੁੱਜ ਗਿਆ ਚੰਗੀ ਤਰ੍ਹਾਂ ਤਾਂ ਫਿਰ ਜਦੋਂ ਪੁੱਜ ਗਿਆ ਤਾਂ ਫਿਰ ਆਪਾਂ ਇਹਦੇ ਵਿੱਚ ਕੱਡੇ ਹੋਏ ਜਿਹੜੇ ਫਰੈਸ਼ ਮਟਰ ਉਹ ਪਾ ਦੇਵਾਂਗੇ ਭਾਵੇਂ ਫਰੈਸ਼ ਪਾ ਲਈਏ ਭਾਵੇਂ ਫਰੋਜ਼ਨ ਪਾ ਲਈਏ ਉਹ ਆਪਣੀ ਆਪ ਦੀ ਮਰਜ਼ੀ ਹੈ ਪਰ ਹੁਣ ਸਰਦੀ ਦੀ ਰੁੱਤ ਦੇ ਵਿੱਚ ਵਧੀਆ ਫਰੈਸ਼ ਫਰੈਸ਼ ਮਿੱਠੇ ਮਿੱਠੇ ਮਟਰ ਮਿਲ ਰਹੇ ਆ ਤਾਂ ਫਰੈਸ਼ ਦੀ ਬਣਾਈਏ ਤਾਂ ਸਭ ਤੋਂ ਵਧੀਆ ਗੱਲ ਹੈ ਮਟਰ ਪਾ ਕੇ ਵੀ ਉਹਨਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਤੇ ਉੱਪਰੋਂ ਵੈਸੇ ਆਪਾਂ ਹਜੇ ਵਿਸਲ ਨਹੀਂ ਲਾਵਾਂਗੇ ਵੈਸੇ ਥੋੜਾ ਕੁੱਕਰ ਦਾ ਢੱਕਣ ਲਾ ਕੇ ਤਾਂ ਮਿੰਟ ਡੇਢ ਮਿੰਟ ਵਾਸਤੇ ਇਹਨਾਂ ਨੂੰ ਮਟਰਾਂ ਨੂੰ ਵੀ ਆਪਾਂ ਥੋੜਾ ਜਿਹਾ ਸੇਕ ਲੱਗਣ ਦੇਵਾਂਗੇ ਲਓ ਜੀ ਮਟਰਾਂ ਨੂੰ ਵੀ ਆਪਣਿਆਂ ਨੂੰ ਸੇਕ ਲੱਗ ਗਿਆ ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਤਰੀਕੇ ਨਾਲ ਇੱਕ ਵਾਰੀ ਆਪਦੀ ਫੈਮਿਲੀ ਨੂੰ ਬਣਾ ਕੇ ਖਲਾਈ ਨਾ ਤਾਂ ਫਿਰ ਉਹ ਸਾਰੇ ਤਰੀਕੇ ਭੁੱਲ ਜਾਣਗੇ ਕਹਿਣਗੇ ਹਮੇਸ਼ਾ ਉਸ ਤਰ੍ਹਾਂ ਦੀ ਬਣਾਈਏ ਬਿਲਕੁਲ ਰੈਸਟੋਰੈਂਟ ਸਟਾਈਲ ਬਣਦੀ ਹੈ ਬੜੀ ਟੇਸਟੀ ਲੱਗਦੀ ਹੈ ਜਦੋਂ ਮਟਰਾਂ ਨੂੰ ਸੇਕ ਲੱਗ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਕਟਿੰਗ ਕੀਤੇ ਹੋਏ ਮਸ਼ਰੂਮ ਵਿੱਚ ਮਿਕਸ ਕਰ ਦਵਾਂਗੇ ਤਾਂ ਹਲਕੇ ਹੱਥ ਨਾਲ ਸਬਜ਼ੀ ਨੂੰ ਹਿਲਾ ਕੇ ਤਾਂ ਇੱਕ ਵਾਰੀ ਹਜੇ ਆਪਾਂ ਬਿਨਾ ਵਿਸਲ ਲਗਾਏ ਤੋਂ ਹੀ ਇੱਕ ਵਾਰੀ ਰਹਿਣ ਦਿਆਂਗੇ ਤਾਂ ਸਾਈਡ ਤੇ ਆਪਾਂ ਨਾ ਹੁਣ ਇਸ ਸਟੇਜ ਤੇ ਇਹਦੇ ਵਿੱਚ ਆਪਾਂ ਠੰਡਾ ਪਾਣੀ ਨਹੀਂ ਪਾਵਾਂਗੇ ਥੋੜੇ ਜਿਹਾ ਇਹਨਾਂ ਨੂੰ ਮਸ਼ਰੂਮ ਨੂੰ ਸੇਕ ਲੱਗ ਜੂਗਾ ਜਦੋਂ ਤਾਂ ਉਦੋਂ ਆਪਾਂ ਸਾਈਡ ਤੇ ਪਾਣੀ ਗਰਮ ਤਰਿਆ ਹੋਇਆ ਸੀਗਾ ਜਦੋਂ ਪਾਣੀ ਵੀ ਉਬਾਲੇ ਤੇ ਆ ਗਿਆ ਉਧਰੋਂ ਆਪਣੇ ਮਸ਼ਰੂਮ ਨੂੰ ਵੀ ਸੇਕ ਲੱਗ ਗਿਆ ਤਾਂ ਫਿਰ ਇਹਦੇ ਵਿੱਚ ਨਾ ਆਪਾਂ ਅੱਧਾ ਪੌਣਾ ਇੱਕ ਗਲਾਸ ਪਾਣੀ ਦਾ ਪਾ ਦਾਂਗੇ ਬਾਕੀ ਆਪਦੇ ਟੇਸਟ ਦੇ ਅਕੋਰਡਿੰਗ ਪਾਓ ਤੁਸੀਂ ਪਰ ਮੈਂ ਇੰਨਾ ਹੀ ਪਾਉਂਗੀ ਅੱਧਾ ਪੌਣਾ ਇੱਕ ਗਲਾਸ ਪਾਣੀ ਦਾ ਪਾ ਕੇ ਤਾਂ ਹੁਣ ਇਹਨੂੰ ਆਪਾਂ 4 ਵਿਸਲਾਂ ਤੱਕ ਪਕਾਵਾਂਗੇ ਲੋ ਜੀ ਵਿਸਲ ਹੋ ਗਈਆਂ 4 ਤੇ ਗੈਸ ਦੀ ਫਲੇਮ ਕਰਾਂਗੇ ਆਪਾਂ ਆਫ ਤਾਂ ਹੁਣ ਵੇਖਦੇ ਆਂ ਆਪਾਂ ਸਬਜ਼ੀ ਦਾ ਰੰਗ ਢੰਗ ਖੁਸ਼ਬੂ ਬੜੀ ਜ਼ਬਰਦਸਤ ਹੈ ਕਿਉਂਕਿ ਖੜੇ ਮਸਾਲੇ ਪਾਉਣ ਨਾਲ ਤਾਂ ਆਉਂਦੀ ਬਹੁਤ ਵਧੀਆ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਹਜੇ ਹੋਰ ਬਣ ਜੂ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਸਬਜੀ ਆਪਣੀ ਬਿਲਕੁਲ ਬਣ ਚੁੱਕੀ ਹੈ ਤਾਂ ਹੁਣ ਇਸ ਜਗ੍ਹਾ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਮੈਂ ਘਰ ਦਾ ਬਨਾਇਆ ਹੋਇਆ ਗਰਮ ਮਸਾਲਾ ਪਾ ਰਹੀ ਹਾਂ ਸਬਜੀ ਵਾਲਾ ਮਸਾਲਾ ਜੇ ਤੁਹਾਡੇ ਕੋਲੇ ਹੈਗਾ ਤਾਂ ਘਰ ਦਾ ਬਣਿਆ ਹੋਇਆ ਤਾਂ ਉਹ ਪਾਓ ਨਹੀਂ ਤਾਂ ਕਿਚਨ ਕਿੰਗ ਹੈਗਾ ਤਾਂ ਉਹ ਪਾਓ ਤਾਂ ਇਹਦੇ ਵਿੱਚ ਹੁਣ ਆਪਾਂ ਇੱਥੇ ਚਮਚ ਡੇਢ ਕ ਚਮਚ ਪਾ ਦਾਂਗੇ ਬਟਰ ਦਾ ਮੱਖਣ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਉੱਤੋਂ ਕੁੱਕਰ ਦਾ ਢੱਕਣ ਵੈਸੇ ਹੀ ਲਾ ਦਾਂਗੇ ਵੀ ਜਿਹੜਾ ਮਸਾਲਿਆਂ ਦਾ ਫਲੇਵਰ ਵੀ ਵਿੱਚ ਆ ਜਾਵੇ ਆਪਣੀ ਸਬਜੀ ਦੇ ਤਾਂ ਬਾਅਦ ਦੇ ਵਿੱਚ ਆਪਾਂ ਉੱਤੋਂ ਧਨੀਆ ਪਾ ਦਈਏ ਭਾਵੇਂ ਆਪਾਂ ਕਸੂਰੀ ਮੇਥੀ ਪਾ ਦਈਏ ਪਰ ਮੈਂ ਕੱਲਾ ਧਨੀਆ ਹੀ ਪਾ ਰਹੀ ਆਂ ਮੇਥੀ ਨਹੀਂ ਅੱਜ ਮੈਂ ਪਾ ਰਹੀਗੀ ਕਿਉਂਕਿ ਫਰੈਸ਼ ਫਰੈਸ਼ ਜਦੋਂ ਹਰਾ ਹਰਾ ਤਣੀਆਂ ਆਉਂਦਾ ਤਾਂ ਫਿਰ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਫਿਰ ਮੈਂ ਬਹੁਤ ਸਾਰਾ ਤਣੀਆਂ ਪਾਉਣੀ ਹੈ ਲਓ ਜੀ ਹੁਣ ਸਬਜੀ ਆਪਣੀ ਪੂਰੀ ਬਣ ਗਈ ਹੈ ਤਾਂ ਇਹਦੀ ਆਪਾਂ ਕਰਾਂਗੇ ਪਲੇਟਿੰਗ ਲੋ ਜੀ ਵੀਵਰਸ ਮਟਰ ਮਸ਼ਰੂਮ ਦੀ ਟੇਸਟੀ ਜੀ ਰੈਸਟੋਰੈਂਟ ਸਟਾਈਲ ਸਬਜੀ ਬਣ ਕੇ ਆਪਣੇ ਕੋਲੇ ਰੈਡੀ ਹੈ ਜਿਹਨੂੰ ਗਾਰਨਿਸ਼ ਕੀਤਾ ਉਤੋਂ ਹਰੇ ਧਨੀਏ ਨਾਲ ਬੜੀ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਬਣਾਈਏ ਤਾਂ ਤਾਂ ਵੀਵਰਸ ਅੱਜ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਿਹਾ ਹੈ ਪਲੀਜ਼ ਉਹਨਾਂ ਨੂੰ ਰਿਕਵੈਸਟ ਕਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆਲ ਤੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇ ਔਰ ਮੈਨ ਕਮੈਂਟ ਬਾਕਸ ਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ